ਪੰਜਾਬ ਭਰ ਦੇ ਵਿੱਚ ਆਪਰੇਸ਼ਨ ਸੀਲ 5 ਪੰਜਾਬ ਪੁਲਿਸ ਦੇ ਵੱਲੋਂ ਚਲਾਇਆ ਗਿਆ ਹੈ ਪੰਜਾਬ ਦੇ ਜਿਹੜੇ ਗਵਾਂਢੀ ਸੂਬੇ ਨੇ ਉੱਥੇ ਪੂਰੀ ਤਰੀਕੇ ਦੇ ਨਾਲ ਸੀਲ ਕੀਤਾ ਗਿਆ ਨਾਕੇਬੰਦੀ ਕੀਤੀ ਗਈ ਹੈ ਇਸ ਦੀ ਕਿਉਂ ਜ਼ਰੂਰਤ ਪਈ ਔਰ ਇਸ ਦਾ ਮਕਸਦ ਕੀ ਹੈ ਕਿੱਥੇ ਕਿੱਥੇ ਨਾਕੇ ਲੱਗੇ ਨੇ ਸਪੈਸ਼ਲ ਡੀਜੀ ਲੋਅ ਐਂਡ ਆਰਡਰ ਅਰਪੇ ਸ਼ੁਕਲਾ ਜੀ ਉਹਨਾਂ ਨਾਲ ਗੱਲਬਾਤ ਕਰ ਲੈਣਾ ਸ਼ੁਕਲਾ ਸਾਹਿਬ ਆਪਰੇਸ਼ਨ ਸੀਲ 5 ਇਸ ਦਾ ਮਤਲਬ ਕੀ ਇਸ ਦੇ ਮਾਇਨੇ ਕੀ ਇਸ ਦੀ ਲੋੜ ਕਿਉਂ ਪੈ ਰਹੀ ਹੈ ਪੰਜਾਬ ਪੁਲਿਸ ਦਾ ਇੱਕ ਜੋੜਾ ਡਿਟਰਮੀਨੇਸ਼ਨ ਹੈ ਕਿ ਡਰੱਗ ਪੈਡਲਰਸ ਡਰੱਗਸ ਸਮਗਲਰਸ ਐਂਟੀ ਸੋਸ਼ਲ 엘িমੈਂਟਸ ਗੈਂਗਸਟਰਸ ਦੇ ਖਿਲਾਫ ਜਿਹੜੀ ਸਾਡੀ ਇੱਕ ਮੁਹਿੰਮ ਜਾਰੀ ਹੈ ਉਸ ਦੇ ਤਹਿਤ ਅੱਜ ਅਸੀਂ ਇੱਕ ਇੱਕ ਸਰਪ੍ਰਾਈਜ਼ ਆਪਰੇਸ਼ਨ ਸੀਲ 5 ਪਲਾਨ ਕੀਤਾ ਹੈ ਜਿਸ ਦੇ ਤਹਿਤ ਜਿਹੜੇ ਸਾਡੇ ਨਾਲ ਲੱਗਦੇ ਪੰਜ ਸੂਬੇ ਹੈ ਰਾਜਸਥਾਨ ਹਰਿਆਣਾ ਚੰਡੀਗੜ੍ਹ ਹਿਮਾਚਲ ਪ੍ਰਦੇਸ਼ ਔਰ ਜੰਕੇ ਇਨਾ ਪੁਲਿਸ ਦੇ ਇਨਾ ਰਾਜਾਂ ਦੀ ਪੁਲਿਸ ਦੇ ਨਾਲ ਮਿਲ ਕੇ ਅਸੀਂ 131 ਵਕ-ਵਕ ਤਾਮਤੇ ਅੱਜ ਇਹ ਨਾਕਾਬੰਦੀ ਕੀਤੀ ਹੈ ਤਾਂ ਕਿ ਜਿਹੜੇ ਵੀ ਕੋਈ ਐਂਟੀ-ਸੋਸ਼ੀਅਲ 엘ਿਮੈਂਟਸ ਔਰ ਡਰੱਗਸ ਸਮਗਲਰਸ ਇਹ ਰਸਤਿਆਂ ਦਾ ਇਸਤੇਮਾਲ ਕਰਦੇ ਆ ਉਹਨਾਂ ਦੇ ਵਿਰੁੱਧ ਕਾਰਵਾਈ ਕੀਤੀ ਜਾਵੇ ਔਰ ਉਹਨਾਂ ਤੇ ਨਕੇਲ ਕਸੀ ਜਾਵੇ ਗੈਂਗਸਟਰਾਂ ਦੀ ਐਕਟੀਵਿਟੀ ਇੰਟਰ-ਸਟੇਟ ਜ਼ਿਆਦਾ ਵਧ ਗਈ ਹੈ ਰਾਜਸਥਾਨ ਤੋਂ ਲੈ ਕੇ ਪੰਜਾਬ ਪੰਜਾਬ ਤੋਂ ਲੈ ਕੇ ਉੱਤਰ ਪ੍ਰਦੇਸ਼ ਉੱਤਰ ਪ੍ਰਦੇਸ਼ ਤੋਂ ਦਿੱਲੀ ਇਹ ਬੜੀ ਆਪਸ ਵਿੱਚ ਇਹਨਾਂ ਦੇ ਕੋਆਰਡੀਨੇਸ਼ਨ ਜਿਹੜੀ ਉਹ ਬਣੀ ਹੈ ਜਿਹੜੇ ਵੀ ਇਹ ਮੂਵਮੈਂਟ ਜਾਂ ਹੈਗਾ ਇਹਨਾਂ ਦਾ ਜਿਹੜੇ ਇਹਨਾਂ ਦੇ ਫੁੱਟ ਸੋਲਜਰਸ ਹੈਗੇ ਆ ਔਰ ਇਹਨਾਂ ਦਾ ਜਿਹੜਾ ਵੀ ਮੂਵਮੈਂਟ ਹੈ ਇਸ ਤੇ ਪੰਜਾਬ ਪੁਲਿਸ ਨੇ ਨਿਗਾਹ ਬਣਾਈ ਹੋਈ ਹੈ ਔਰ ਅਸੀਂ ਸਾਡੇ ਜਿਹੜੇ ਸਾਡੇ ਗੁਆਂਢੀ ਸੂਬੇ ਆ ਉਹਨਾਂ ਨਾਲ ਅਸੀਂ ਨਾਲ ਪੂਰਾ ਤਾਲਮੇਲ ਹੈ ਉਹਨਾਂ ਨੂੰ ਅਸੀਂ ਬਰੀਫ ਕਰਦੇ ਰਹਿੰਨੇ ਆ ਔਰ ਸਾਡਾ ਜਿਹੜਾ ਫਲੋ ਆਫ ਇਨਫੋਰਮੇਸ਼ਨ ਹੈ ਉਹ ਚੈਨਲ ਸਾਡੇ ਖੁੱਲੇ ਹੋਏ ਆ ਅਸੀਂ ਇਨ ਟੱਚ ਹੈਗੇ ਦੂਸਰਾ ਸਰ ਇੰਟਰਸਟੇਟ ਦੇ ਨਾਲ ਨਾਲ ਬਸ ਅਸੀਂ ਦੇਖਦੇ ਆ ਕੈਨੇਡਾ ਇੰਗਲੈਂਡ ਦੇ ਵਿੱਚ ਉੱਥੋਂ ਦੀ ਬੜੀ ਐਕਟੀਵਿਟੀ ਵਧ ਰਹੀ ਹੈ ਜਿਹੜੇ ਇੱਥੇ ਛੋਟੀ ਉਮਰ ਦੇ ਸ਼ੂਟਰ ਜਿਹੜੇ ਨੇ ਉਹਨਾਂ ਨੂੰ हायर ਕਰ ਲੈਂਦੇ ਲੈਂਦੇ ਨੇ ਪੰਜਾਬ ਪੁਲਿਸ ਨੂੰ ਅ ਪਿੱਛੇ ਕਾਫੀ ਸਫਲਤਾ ਮਿਲੀ ਹੈ ਔਰ ਬਹੁਤ ਸਾਰੇ ਮੋਡਿਊਲਸ ਜਿਹੜੇ ਗੈਂਗਸਟਰਸ ਦੇ ਹੈ ਜਿਹੜੇ ਬੱਚਿਆਂ ਨੂੰ ਵਰਗਲਾ ਕੇ ਅ ਗਲਤ ਕੰਮ ਵਾਲੇ ਪਾਸੇ ਲੈ ਜਾਂਦੇ ਆ ਉਹ ਉਹਨਾਂ ਨਾਲ ਅਸੀਂ ਉਹਨਾਂ ਤੇ ਨਿਗਾਹ ਬਣਾਈ ਹੋਈ ਹੈ ਔਰ ਬਹੁਤ ਸਾਰੇ ਮੋਡਿਊਲਸ ਬਰਸਟ ਕੀਤੇ ਆ ਔਰ ਤੁਸੀਂ ਦੇਖਿਆ ਹੋਣਾ ਪਿੱਛੇ ਸਾਡੇ ਐਨਕਾਊਂਟਰਸ ਵੀ ਪੰਜਾਬ ਪੁਲਿਸ ਦੇ ਨਾਲ ਹੋਏ ਔਰ ਪੰਜਾਬ ਪੁਲਿਸ ਪੂਰੀ ਤਰ੍ਹਾਂ ਮੁਸਤਦੀ ਨਾਲ ਇਨਾਂ ਦਾ ਇਹਨਾਂ ਨਾਲ ਲਿਜਟ ਰਹੀ ਹੈ ਦੂਸਰਾ ਸਾਹ ਜਿਹੜੀ ਫਰੋਤੀ ਦੀਆਂ ਮੰਗਾਂ ਬਹੁਤ ਸਾਰੀਆਂ ਆ ਰਹੀਆਂ ਨੇ ਕੋਈ ਇੰਟਰਨੈਸ਼ਨਲ ਕਾਲ ਆ ਰਹੀ ਹੈ ਕੋਈ ਕਿਤੋਂ ਕਾਲ ਆ ਰਹੀ ਹੈ ਔਰ ਕਿਤੇ ਫਾਇਰਿੰਗ ਜਿਹੜੀ ਉਹ ਕਰ ਦਿੱਤੀ ਜਾਂਦੀ ਹੈ ਇਹ ਜਿੰਨੀ ਵੀ ਵਾਰਦਾਤਾਂ ਹੋਈਆਂ ਮੋਸਟ ਆਫ 뎀 ਹੈਵ ਬੀਨ ਟ੍ਰੇਸਡ ਐਂਡ ਸਾਡੇ ਸੀਨੀਅਰ ਅਧਿਕਾਰੀ ਇਹਨਾਂ ਕੇਸਾਂ ਦੀ ਸੁਪਰਵੀਜ਼ਨ ਕਰਦੇ ਆ ਔਰ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਇਹਨਾਂ ਨੂੰ ਛੇਤੀ ਤੋਂ ਛੇਤੀ ਟ੍ਰੇਸ ਕੀਤਾ ਜਾਵੇ ਦੂਸਰੇ ਵੀ ਸਰ ਜ਼ਿਲਾਂ ਦੇ ਵਿੱਚੋਂ ਜਿਹੜੀ ਜਿਹੜੀ ਪੂਰੀ ਇੱਕ ਐਕਟੀਵਿਟੀ ਜਲਦੀ ਹੈ ਉਸ ਦੇ ਉੱਤੇ ਕਿਵੇਂ ਕੰਟਰੋਲ ਜੜਾ ਕੀਤਾ ਜਾ ਰਿਹਾ ਹੈ ਜੇਲਾਂ ਦੇ ਉੱਤੇ ਵੀ ਕੱਲ ਮਾਨਯੋਗ ਮੁੱਖ ਮੰਤਰੀ ਜੀ ਦੇ ਅਗਵਾਈ ਵਿੱਚ ਇੱਕ ਮੀਟਿੰਗ ਹੋਈ ਜੇਦੇ ਵਿੱਚ ਜੇਲ ਸਿਕਿਉਰਿਟੀ ਦੀ ਵੀ ਸਮੀਖਿਆ ਕੀਤੀ ਗਈ ਔਰ ਬਹੁਤ ਸਾਰੇ ਕਦਮ ਚੁੱਕੇ ਜਾ ਰਹੇ ਹਨ ਜਿਹਦੇ ਨਾਲ ਜਿਹੜੇ ਜੇਲ ਦੇ ਵਿੱਚ ਸਾਡੇ ਬੈਠੇ ਕ੍ਰਿਮੀਨਲਸ ਮੋਬਾਈਲ ਫੋਨ ਦਾ ਜਾਂ ਹੋਰ ਕਿਸੇ ਮਾਧਿਅਮ ਦਾ ਇਸਤੇਮਾਲ ਕਰਦੇ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ ਔਰ ਜੇ ਕੋਈ ਕੋਲੂਜਨ ਵੀ ਹੋਏਗਾ ਕਿੰਨੇ ਜੇਲ ਸਟਾਫ ਦਾ ਹੈ ਜਾਂ ਹੋਰ ਕਿਸੇ ਦਾ ਉਹਨਾਂ ਦੇ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਸਰ ਅਗੋਂ 26 ਜਨਵਰੀ ਆਣਾ ਉਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਸੀਲ 5 ਆਪਰੇਸ਼ਨ ਸੀਲ 5 ਚਲਾਇਆ ਗਿਆ ਕਿਸ ਤਰੀਕੇ ਦੇ ਨਾਲ ਕਿੰਨੇ ਜਿਹੜੇ ਨੇ ਅਧਿਕਾਰੀ ਲਗਾਏ ਗਏ ਨੇ ਕਿਸ ਤਰੀਕੇ ਦੀ ਨਾਕਾਬੰਦੀ ਜਿਹੜੀ ਹੈ ਉਹ ਕੀਤੀ ਗਈ ਹੈ ਕਿਉਂਕਿ ਅਮੂਮਨ ਟਾਰਗੇਟ ਕਰਕੇ ਉਸ ਤੋਂ ਬਾਅਦ ਦੂਸਰੀ ਸਟੇਟ ਦੇ ਵਿੱਚ ਜਿਹੜੇ ਆ ਉਹ ਇਸ ਤਰੀਕੇ ਦੀ ਐਕਟੀਵਿਟੀ ਇਹ ਜਿਹੜੇ ਅਸੀਂ 131 ਨਾਕੇ ਜਿਹੜੇ ਮੈਂ ਤੁਹਾਨੂੰ ਦੱਸਿਆ ਇਹ ਸਾਰੇ ਗਾਸਟਡ ਆਫਸਰਸ ਵੱਲੋਂ ਮੈਨ ਕੀਤੇ ਜਾ ਰਹੇ ਆ ਇੱਥੇ 10 ਤੋਂ 15 ਮੁਲਾਜ਼ਮ ਹਰ ਨਾਕੇ ਦੇ ਉੱਤੇ ਤਾਇਨਾਤ ਕੀਤੇ ਗਏ ਆ ਔਰ 8 ਵਜੇ ਤੋਂ 2 ਵਜੇ ਤੱਕ ਚੱਲਣ ਵਾਲਾ ਇਹ ਆਪਰੇਸ਼ਨ ਇਸ ਦੇ ਜਿਹੜੇ ਰਿਜ਼ਲਟਸ ਆਣਗੇ ਉਹ ਅਸੀਂ ਤੁਹਾਡੇ ਨਾਲ ਸ਼ਾਮ ਨੂੰ ਸਾਂਝੇ ਕਰਾਂਗੇ ਧੰਨ ਕੈਮਰਾਮੈਨ ਰਜਿੰਦਰ ਦੇ ਨਾਲ ਪੰਕਾ ਪਈ ਨਿਊਜ਼ 18 ਚੰਡੀਗੜ੍ਹ